रहमान रहीम साढ़े नाल दोस्तों मौजूद है यासर अराफात अंजम, ये सीईओ हैं अलायन इंटरप्राइज मल्टी गार्डन, अलायन इंटरप्राइज एंड मल्टी गार्डन 2017। तो यासर भाई तुर्की कदम जा रहे हो, तो कदम तुसी तुर्की नेशनल हो रहे हो, खोल के करो भावे पंजाबी करो। बहुत बहुत शुक्रिया सनी भाई, इंशाल्लाह जी आफ्टर 2 मंथ मेरा तुर्की का विजिट है, तो जल्द ही इंशाल्लाह तुर्की का एक विज़िट आपके साथ भी बनाया जाएगा। और तुर्की में बहुत खूबसूरत जगह है, बहुत खूबसूरत बीचेस हैं, बहुत ही खूबसूरत लैंडस्केप है उस जगह पे, तो मेरी ख्वाहिश है कि आप मेरे साथ उधर तुर्की का विज़िट करें। तो कितने मुल्क हूँ तक ये सर भाई तुसे फिरे हो, अगर पंजाबी दसो सन मैं दस सी खोल के जी मैं गल्ला कर भाई, मैं तकरीबन कोई 30 मुल्क कर चुके हैं, तो मेरा कोई 30 मुल्क का और टारगेट है। अच्छा, जिसे ऑस्ट्रेलिया कैनेडा अमेरिका एंड यूरोप वाली साइड, रशिया वाली साइड, अफ्रीका वाली साइड, ब्राजील जंगल इंशाल्लाह ज्यादा केड़े मुल्क मजा आया जेड़े हुन तक 30 मुल्क फिरे नो ना देर मजा केड़े मुल्क च मैंने सब तो ज्यादा ते पाकिस्तान च मजा आया, उस तो अलावा तुर्की दूसरे नंबर पे, तीसरे नंबर पे यूरोप स्विट्जरलैंड और रोम। अच्छा, तुर्की दी केड़े शहर ज्यादा मजा आया, अंतालिया या इस्तांबुल? मैंने अंतालिया भी बहुत पसंद है, ते बोदरम एक बीच सिटी है, बड़ा खूबसूरत है, तो वो अजकल इंशाल्लाह तुहानू मेरे यूट्यूब चैनल पर उसकी वीडियो भी लगेगी बोदरम की, तो बोदरम के बीच और बोदरम का नीला पानी तुहानू इंशाल्लाह दिखावा। यूट्यूब चैनल का की नाम है? अरफात वर्ल्ड मेरे यूट्यूब चैनल का नाम है, जिसके ऊपर तुम वर्ल्ड को डिस्कवर भी करोगे और नेचर को भी डिस्कवर करोगे। ਇਹਨੇ ਕਿ ਤੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਦੋਸਤਾਂ ਨੂੰ ਕਰਨਾ ਚਾਹੀਦਾ, ਬਿਲਕੁਲ ਮੈਸੇਜ ਇਹ ਦਿਓ ਨਾ। ਤੇ ਦੁਬਈ ਦੇ ਵਿੱਚ ਤੁਸੀਂ ਗਏ ਹੋ, ਤੁਹਾਨੂੰ ਕਿਹੜਾ ਜ਼ਿਆਦਾ ਪਸੰਦ ਆਇਆ ਏਰੀਆ ਦੁਬਈ ਦਾ? ਦੁਬਈ ਦੇ ਵਿੱਚ ਮੈਨੂੰ ਗਲੋਬਲ ਵਿਲੇਜ ਬੜਾ ਖੂਬਸੂਰਤ ਲੱਗਾ, ਤੇ ਐਮ ਦੁਬਈ ਬੜਾ ਖੂਬਸੂਰਤ, ਇਹਨਾਂ ਨੇ ਨਵਾਂ ਜਿਹੜਾ ਬਲੂ ਵਾਟਰ ਦੇ ਉੱਤੇ ਐਮ ਦੁਬਈ ਸਰਕਲ ਬਣਾਇਆ, ਬੜਾ ਖੂਬਸੂਰਤ ਹੈ। ਤੇ ਜੁਮੈਰਾ ਬੀਚ, ਵੈਸੇ ਹੀ ਜੇ ਬੀ ਆਰ ਵਾ ਜੁਮੈਰਾ ਬੀਚ, ਔਰ ਇਸ ਤੇ ਜਿਹੜੀ ਕਰੂਜ਼ ਰਾਈਡਿੰਗ ਹੈ ਉਹ ਬੜੀ ਜ਼ਬਰਦਸਤ ਹੈ। ਅੱਛਾ, ਹੁਣ ਸਾਊਦੀ ਅਰਬ 'ਚ ਬੜਾ ਕੰਮ ਹੋ ਰਿਹਾ, ਨਿਊਮ ਸ਼ਹਿਰ ਦੁਬਈ ਤਰ੍ਹਾਂ ਬਣਾ ਰਹੇ ਸਾਊਦੀ ਸ਼ਹਿਜ਼ਾਦਾ ਜਿਹੜਾ ਹੈ, ਅਤੇ ਹੁਣ ਹੈ ਵਿਜ਼ਿਟ ਦਾ ਪ੍ਰੋਗਰਾਮ ਕਦਣ ਤੱਕ ਸਾਊਦੀ ਅਰਬ ਦਾ ਨਿਊਮ ਸ਼ਹਿਰ ਦਾ ਵਿਜ਼ਿਟ ਕਰਨ ਦਾ? ਨਿਊਮ ਸਿਟੀ ਦਾ ਪਲਾਨ ਹੈ ਇਨਸ਼ਾਅੱਲਾ ਕੋਈ ਨੈਕਸਟ ਕਮਿੰਗ ਮੰਥਸ ਦੇ ਵਿੱਚ ਬੜਾ ਦਾ ਪ੍ਰੋਗਰਾਮ ਹੈ, ਅਤੇ ਉਸ ਦੇ ਨਾਲ ਫਿਰ ਰਿਆਜ਼ ਸ਼ਹਿਰ ਜਾਣ ਦਾ ਪ੍ਰੋਗਰਾਮ ਹੈ, ਰਿਆਜ਼ ਤੋਂ ਇਲਾਵਾ ਨਿਊਮ ਸਿਟੀ ਦਾ ਵੀ ਪਲੈਨ ਹੈ, ਔਰ ਉਸ 'ਤੇ ਜਿਹੜੇ ਰੈੱਡ ਸੀ ਦੇ ਬੀਚਸ ਨੇ ਉਹਨਾਂ ਨੂੰ ਵੇਖਾਂਗੇ, ਅਤੇ ਰੋਜ਼ਾ ਰਸੂਲ 'ਤੇ ਹਾਜ਼ਰੀ ਵੀ ਦੇਵਾਂਗੇ। ਔਰ ਮਿਸਰ ਹੈ, ਤੁਹਾਨੂੰ ਕਿਹੜੀ ਚੀਜ਼ ਅੱਛੀ ਲੱਗੀ ਹੈ, ਕਾਇਰੋ ਜਾਂ ਸ਼ਰਮਲ ਸ਼ੇਖ ਜਾਂ ਕੋਈ ਤੂਰ? ਮਿਸਰ ਹੈ ਤਾਂ ਸਭ ਤੋਂ ਪਿਆਰੀ ਜਗ੍ਹਾ ਤਾਂ ਕੋਈ ਤੂਰ ਸੀ, ਅਤੇ ਕੋਈ ਤੂਰ ਦੇ ਜਿਹੜਾ ਸਾਡਾ ਵਿਜ਼ਿਟ ਸੀ ਔਰ ਬੜਾ ਡੇਂਜਰਸ ਔਰ ਐਡਵੈਂਚਰ ਵਾਲਾ ਵਿਜ਼ਿਟ ਸੀ, ਅਤੇ ਉਸ ਤੋਂ ਇਲਾਵਾ ਖੂਬਸੂਰਤ ਜਗ੍ਹਾ ਦੇ ਵਿੱਚ ਸ਼ਰਮਲ ਸ਼ੇਖ ਨੰਬਰ 1 'ਤੇ ਸੀ, ਸ਼ਰਮਲ ਸ਼ੇਖ ਦੇ ਰਿਜ਼ਾਰਟ ਬੜਾ ਖੂਬਸੂਰਤ ਸੀ, ਉਸ ਦਾ ਜਿਹੜਾ ਰੈੱਡ ਸੀ ਉੱਤੇ ਪਾਣੀ ਸੀ ਉਹ ਬੜਾ ਖੂਬਸੂਰਤ ਸੀ, ਅਤੇ ਬਾਕੀ ਓਲਡ ਮਿਸਰ ਨੂੰ ਵੇਖਣਾ ਹੈ ਤਾਂ ਉਹ ਫਿਰ ਅਸੀਂ ਕੈਰੋ ਜਾ ਸਕਦੇ, ਕੈਰੋ ਦੇ ਵਿੱਚ, ਕੈਰੋ 'ਚ ਬੜੀ ਤਰੀਕੀ ਚੀਜ਼ਾਂ ਨੇ, ਬੜੀ ਖੂਬਸੂਰਤ ਜਗ੍ਹਾ ਨੇ, ਅਤੇ ਉਹ ਵੀ ਬੜਾ ਹਿਸਟੋਰੀਕਲ ਸਿਟੀ ਹੈ, ਅਤੇ ਮਿਸਰ ਵੇਖਣ ਵਾਲੀ ਜਗ੍ਹਾ ਹੈ, ਅਤੇ ਸਾਡਾ ਇੱਕ ਦਫ਼ਾ ਮੇਰਾ ਦੁਬਾਰਾ ਪਲੈਨ ਹੈ ਕਿ ਮਿਸਰ ਨੂੰ ਵਿਜ਼ਿਟ ਕੀਤਾ। ਤਾਂ ਥਾਈਲੈਂਡ ਦੇ ਵਿੱਚ ਜੇ ਗਏ, ਪਤਾਇਆ ਪਸੰਦ ਆਇਆ ਜਾਂ ਫੂਕਟ ਪਸੰਦ ਆਇਆ? ਫੂਕਟ, ਫੂਕਟ ਇਜ਼ ਵੈਰੀ ਬਿਊਟੀਫੁਲ ਸਿਟੀ, ਔਰ ਉਸ ਦੇ ਜਿਹੜੇ ਬੀਚਸ, ਔਰ ਉਸ ਦੇ ਵਿੱਚ ਸਾਨੂੰ ਜਿਹੜੀ ਅਸੀਂ ਕੀਤੀ ਸੀ ਸੀ ਵਾਕ, ਉਹ ਬੜੀ ਖੂਬਸੂਰਤ, ਉਹਦੇ ਵਿੱਚ ਮਿੱਠੂ ਮੋਟੇ ਨਹੀਂ, ਹੁਣ ਦੁਬਾਰਾ ਤੁਸੀਂ ਕਿਤੇ ਟੂਰ ਦੇ ਨਾਲ ਲੈ ਜਾ ਸੋ। ਮਿੱਠੂ ਮੋਟਾ ਛੋਟਾ ਭਾਈ ਹੈ ਜੀ ਆਪਣਾ, ਸ਼ਰੀਫ ਆਦਮੀ ਸਾਡੇ ਨਾਲ ਹੈ, ਸ਼ਰੀਫ ਆਦਮੀ ਹੈ, ਜਦੋਂ ਮਿੱਠੂ ਨੂੰ ਕਿਤੇ ਦਾ ਵੀਜ਼ਾ ਮਿਲ ਗਿਆ ਤਾਂ ਅਸੀਂ ਸਾਡੇ ਨਾਲ ਹੈ। ਅੱਛਾ, ਮਿਸਰ ਦੇ ਵਿੱਚ ਤੁਹਾਡੇ ਕਿਸੇ ਦੋਸਤ ਦੀ ਇੱਜ਼ਤ ਵੀ ਲੁੱਟੀ ਗਈ ਸੀ, ਐਮ 4M ਦੇ? ਹਾਂਜੀ ਹਾਂਜੀ, ਕਰੋ ਗੱਲਾਂ ਤੁਸੀਂ, ਕਰੀ ਜਾ ਰਹੀ ਰੱਖੋ, ਵੀਡੀਓ ਨਹੀਂ ਤੂੰ ਖਰਾਬ ਹੁੰਦੀ ਜਾ ਰਹੀ ਤੱਕ, ਕਿਸੇ ਦੋਸਤ ਦੀ ਇੱਜ਼ਤ ਲੁੱਟੀ ਗਈ ਆ? ਕੋਈ ਐਸੀ ਗੱਲ? ਅੱਛਾ, ਐਵੇਂ ਮਹਿਸੂਸ ਹੋਇਆ ਕਿ 4M ਦੀ ਕੋਈ ਐਸੀ ਕੋਈ ਗੱਲ, ਕੋਈ ਅਬਾਸੀ ਖਾਨਦਾਨ ਨਹੀਂ ਜਾਂ ਲੁੱਟੀ? ਹੈਂ,
मोटे गल चलती पी आई ना यार भाई दसो ना कि दो को थोड़ी बहुत इधर लुटी है मेरे नाले विच नहीं है हां समंदर दे विच नहीं पता है दे समंदर दे विच कि नहीं तुसा कोई ओ किते आगे गए सी हाईलैंड हैं पीपी आईलैंड गया से तू किसी दी को थोड़ी बहुत मैंने शक पे मैं भी नाल हां चो नदीम सरवर भी नाल आई डिप्टी डायरेक्टर कौमी असेंबली भी नाल आई मेरे नाले विच कोई नहीं जी बिलू वाटर अच्छा है पॉइंट इस तरह ग्लोबल विला इस तरह थाईलैंड अच्छा फुकेट आ गया कोसमई भी अच्छा है अच्छा आ गया मिसर शर्मल शेख अच्छा जी ये बड़ी मज़ेदार गुफ्तगु जारी रही है यासिर भाई नाल आज का टाइटल है एक दिन यासिर अराफात के साथ बहुत शुक्रिया।